ਪੁਦਾ ਕਪੁਦਾ ਦੇ ਅੱਜ ਅਸੀਂ HLHIG ਕਲੋਨੀ ਚੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਜਿਹੜਾ ਹੈ HLHIG MIG ਕਲੋਨੀ, ਇਸ ਤੋਂ ਬਾਅਦ ਮੈਟਰੋ ਰੋਡ ਤੋਂ ਹੁੰਦਾ ਹੋਇਆ ਵਿਸ਼ਕਰਮਾ ਕਲੋਨੀ, ਇਹ ਸਾਰਾ ਰੂਟ ਹੈਗਾ ਜੀ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ। ਭਾਈ ਗੁਰਦਾਸ ਜੀ ਦੇ ਬਚਨ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ ਅਤੇ ਜਿਹੜਾ ਹੈ ਇਹ ਅੰਧਕਾਰ ਦਾ, ਵਿਕਾਰਾਂ ਦਾ ਜਿਹੜਾ ਅੰਧਕਾਰ ਸੀ ਉਹ ਦੂਰ ਹੋ ਗਿਆ ਅਤੇ ਚਾਰੇ ਪਾਸੇ ਜਿਹੜਾ ਹੈ ਗਿਆਨ ਦਾ ਚਾਨਣ ਹੋ ਗਿਆ। ਸੋ ਉਹਨਾਂ ਦੇ ਗੁਰਪੁਰਬ ਨੂੰ ਮਨਾਉਂਦੇ ਹੋਏ, ਆਗਮਨ ਗੁਰਪੁਰਬ ਨੂੰ ਮਨਾਉਂਦੇ ਹੋਏ ਅੱਜ ਜਿਹੜਾ ਹੈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢਿਆ ਗਿਆ। ਮੇਰਾ ਨਾਮ ਸਿਮਰਨ ਹੈ, ਤੁਹਾਨੂੰ ਮੈਂ ਸੇਵਾ ਕਰ ਰਹੀ ਹਾਂ ਗੁਰਦੁਆਰੇ ਦੀ ਤਰਫ ਸੇ। ਹਰਪ੍ਰੀਤ, ਮੈਂ ਜਲ ਕੇ ਸੇਵਾ ਕੀ ਹੈ, ਗੁਰਪੁਰਬ ਦਾ ਪਾਵਨ ਅਸਰ ਬਹੁਤ ਮਤਲਬ ਸ਼ੁਭ ਹੈ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਰਨ ਗੁਰੂ ਨਾਨਕ ਆਇਆ, ਤਾਰਨ ਗੁਰੂ ਆਇਆ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਆਏ ਦੇ ਲਕਸ਼ੇ 'ਚ ਸੰਗਤਾਂ ਨੇ ਵੱਧ ਚੜ੍ਹ ਕੇ ਬੜਾ ਹਿੱਸਾ ਪਾਇਆ ਪ੍ਰਭਾਤ ਫੇਰੀ ਦੇ ਵਿੱਚ। ਸੰਗਤ ਬੜੀ ਹੋਮ ਆ ਕੇ ਕੀਰਤਨ ਕਰਦੀ ਹੋਈ, ਦਸਤਾ ਪਾਰਟੀਆਂ ਚੱਲਦੀਆਂ ਪਈਆਂ ਨੇ, ਬਹੁਤ ਸੰਗਤ ਨੇ ਮੁਬਾਰਕਾਂ। ਔਰ ਬੜੇ ਧੂਮ ਧਾਮ ਨਾਲ ਇਸਨੂੰ ਅਸੀਂ ਮਨਾਉਣਾ ਚਾਹੁੰਦੇ ਹਾਂ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸਾਡੀ ਨੂੰ ਪਤਾ ਲੱਗੇ ਵੀ ਜਿਹੜਾ ਸਿੱਖ ਧਰਮ ਦੇ ਬਾਰੇ ਉਹਨਾਂ ਨੂੰ ਗਿਆਨ ਹੋਵੇ। ਅਸੀਂ ਆਪਣੇ ਤਰਫ ਉਹਨਾਂ ਨੂੰ ਬੁਲਾਇਆ, ਬੱਚਿਆਂ ਨੂੰ ਅਸੀਂ ਉਤਸ਼ਾਹ ਕਰ ਰਹੇ ਹਾਂ। ਅਸੀਂ ਆਪ ਅੱਗੇ ਨਹੀਂ ਹੋ ਰਹੇ, ਅਸੀਂ ਬੱਚਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚੇ ਅੱਗੇ ਆਓ, ਅੱਗੇ ਆ ਕੇ ਤੁਸੀਂ ਇਹਨਾਂ ਦਾ ਸਵਾਗਤ ਕਰੋ, ਤੁਹਾਨੂੰ ਪਤਾ ਲੱਗੇ ਇਸ ਦਾ ਆਪਣੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਧਰਮ ਦੀ ਖਾਤਰ ਦਾ ਪਤਾ ਲੱਗੇ ਤੁਹਾਨੂੰ ਸਿੱਖ ਧਰਮ। ਮੇਰਾ ਨਾਮ ਦਿਲਜੀਤ ਸਿੰਘ, ਇਹ ਸਾਡੇ ਸਿੱਖਾਂ ਦਾ ਬੜਾ ਇਤਿਹਾਸਿਕ ਦਿਨ ਹੁੰਦਾ ਹੈ ਅਤੇ ਬਾਬਾ ਜੀ ਦੀ ਬੜੀ ਰਹਿਮਤ ਹੁੰਦੀ ਹੈ ਇਸ ਦਿਨ ਸੰਗਤਾਂ ਦੇ ਉੱਪਰ, ਅਤੇ ਇਸ ਕਰਕੇ ਅਸੀਂ ਨਗਰ ਕੀਰਤਨ 'ਚ ਅਸੀਂ ਹਿੱਸਾ ਲੈਂਦੇ ਹਾਂ। ਪ੍ਰਚਾਰ ਹੈ ਵੀ ਆਉਣ ਵਾਲੇ ਗੁਰਪੁਰਬ ਹੈ, ਗੁਰੂ ਨਾਨਕ ਦੇਵ ਜੀ ਕਾ ਬਰਥਡੇ ਆ ਰਿਹਾ, ਉਸ ਲਈ ਪ੍ਰਚਾਰ ਹੈ ਵੀ ਗੁਰੂ ਨਾਨਕ ਨਾਮ ਦੇਵਾ ਤੋਂ।